ਸਾਡੇ ਕਲਾਸ ਦੇ ਵਿੱਚ ਬੱਚੇ 80% ਤੋਂ ਵੱਧ ਬੱਚੇ ਪੰਜਾਬੀ ਮਾਂ ਬੋਲੀ ਤੋਂ ਸੰਬੰਧਿਤ ਸਨ ਪੰਜਾਬ ਤੋਂ ਆਉਂਦੇ ਸਨ ਪਰ ਮੈਂ ਅੰਗਰੇਜ਼ੀ ਵਿੱਚ ਪੜ੍ਹਾਉਂਦੇ ਰਿਹਾ ਮੈਨੂੰ ਅੰਜ ਲੈ ਕੇ ਇਹ ਗਲਤ ਹੈ ਮੈਨੂੰ ਪੰਜਾਬੀ ਗੁਰੂ ਨੂੰ ਕੀ ਸਿੱਖੇ ਪੰਜਾਬੀ ਉੱਚੀ ਪੜਾਉਂਦੀ ਲੋੜ ਹੈ ਬੱਚੇ ਨੂੰ ਇਸ ਲਈ ਮੈਂ ਪੈਂਦੀ ਸਿੱਖੀ ਜਿਕਰ ਅਸੀਂ ਪੰਜਾਬ ਦੇ ਉੱਤੇ ਵਸਦੇ ਹੈ ਪੰਜਾਬ ਦੀ ਰੋਟੀ ਖਾਤੇ ਪੰਜਾਬ ਦੀ ਪਾਣੀ ਪੀਂਦੇ ਪੰਜਾਬੀ ਭਾਸ਼ਾ ਸਿੱਖਣਾ ਸਾਡੀ ਤਰਮਾ ਹੈ ਸਰਤਾਬ ਸਾਹਿਬ ਨੇ ਮਿਊਜ਼ਿਕ ਦੇ ਵਿੱਚ ਪੀ ਐਚ ਡੀ ਕੀਤੇ ਨੇ ਬਾਕੀ ਜਿੰਨੇ ਵੀ ਬਹੁਤ ਸਾਰੇ ਗਾਇਕ ਨੇ ਜੋ ਗਾਣਾ ਗਾਉਂਦੇ ਨੇ ਉਹ ਕੋਈ ਘਰਾਂ ਨੂੰ ਤੋਂ ਪਾਸ ਨਹੀਂ ਹੋਏ ਨੇ ਕੋਈ ਮਿਊਜ਼ਿਕ ਕੋਰਸ ਨਹੀਂ ਕੀਤੇ ਨੇ ਕੋਈ ਐਮ ਐ ਦੇ ਵਿੱਚ ਮਿਊਜ਼ਿਕ ਦੀ ਕੋ ਪੜਾਈ ਨਹੀਂ ਕੀਤੇ ਨੇ ਜਿਵੇਂ ਸਿੱਧੂ ਮਸੂਲਤ ਖਿਲਾਫ ਪੇਪਰ ਦਾ ਜੋ ਆ ਪਿਛਲੇ ਦਿਨੀ ਕਿਉਂ ਕਿਉਂਕਿ ਉਹਨਾਂ ਉਹਨਾਂ ਨੇ 2019 ਦੀ ਹੁਕਮ ਦੀ ਉਲੰਘਣ ਕਰਦੇ ਇੱਕ ਸੰਜੂ ਗਾਣਾ ਕਟਿਆ ਸਿੱਧੂ ਮੂਸੇਵਾਲਾ ਤੇ ਐਫਆਈਆਰ ਮਤਲਬ ਸਾਰੇ ਗਾਇਕ ਖੋਸ਼ ਵਿੱਚ ਆ ਜਾਣਾ ਕੋਈ ਵੀ ਹਿੰਮਤ ਨਹੀਂ ਕਰਨਗੇ ਲੈਚਰ ਸ਼ਰਾਬੀ ਹਾਚਰੀ ਗਾਣੇ ਦੇ ਵਿੱਚ ਜੇਕਰ ਗਾਉਣਗੇ ਮੈਂ ਕੰਪਲੇਨਟ ਕਰਾਂਗਾ ਐਫਆਈਆਰ ਦਰਜ ਹੋਗੀ ਮੈਂ ਨਹੀਂ ਛੱਡਣਾ ਪਰ ਇਹ ਲੋਕਾਂ ਨੇ ਚੱਟ ਤੇ ਪਰਚਾ ਵੇ ਜਾਂ ਸੰਜਤ ਤੇ ਇਹ ਕੀ ਮਤਲਬ ਹੈ ਇਹੋ ਜਿਹੇ ਲੋਕ ਸੁਧਰਨ ਦੀ ਲੋੜ ਹੈ ਜੇ ਨਹੀਂ ਸੁਧਰਨਗੇ ਇੱਕ ਇੱਕ ਕਰਕੇ ਜੇਲ੍ਹ ਜਾਣਗੇ ਤੁਸੀਂ ਦੇਖੋਗੇ ਤੁਸੀਂ ਸਿੱਧੂ ਮੂਸੇਵਾਲੇ ਦਾ ਵਿਰੋਧ ਹੀ ਕਿਉਂ ਕਰਦੇ ਹੋ ਹੋਰ ਗਾਇਕਾਂ ਦਾ ਕਿਉਂ ਨਹੀਂ ਕਰਦੇ ਅਲ ਆਰਨੇਟ ਹੋਵੇ ਕਰਨ ਆਉਜਲਾ ਹੋਵੇ ਸ਼ਰੀਮਾਨ ਹੋਵੇ ਕਲਤ ਪੇਸ਼ਕਾਰ ਕਰਦੇ ਨੇ ਪੰਜਾਬੀਅਤ ਦੀ ਉਸ ਦੇ ਖਿਲਾਫ ਆ ਮੈਂ ਕਿੰਨੇ ਸਾਰੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰੇ ਰਾਗ ਰਸ ਨੂੰ ਵਰਤੋ ਕਰਕੇ ਜੇਕਰ ਇਹ ਗਾਉਣਗੇ इन्हों ना सिर्फ पद्म भारत रत्न मिलेगी इन्हों तो नोबेल पुरस्कार भी बड़े बडे प्राइज मिल सकते हैं <गया> मैं जिथे सिद्धू मूसेवाले साहब जमया है उस वेड़े भी हो जाके मैं उस माँ सामने सर झुक के मैं बेनती की थी सी कि थोड़े बच्चे को समझा दे <गया> <गया> बचपन बंदा सिंह तो बहादुर दोबारा सुना ਪਰ ਵੱਡੇ ਹੋ ਕੇ ਤੁਸੀਂ ਜੱਟ ਉਸ ਪਿੰਡ ਬਲੌਂਗ ਕਰਦੇ ਸੀ ਤੇ ਮਾਰ ਕੇ ਕਸੂਰ ਪੁੱਛਦਾ ਹੈ گاਉਂਦਾ ਹੈ ਕਿੱਥੇ ਨਹੀਂ ਕਿੱਥੇ ਉਹ ਟਰੈਕਟਰ ਬਾਹਰ ਹੋਏ ਨਹੀਂ ਸੁਣਾਉ ਬੰਦਾ ਸਿੰਘ ਬਹਾਦਰ ਦੀਵਾਰਾ ਬੱਚੇ ਨੂੰ ਕੋਈ ਗੱਲ ਨਹੀਂ ਪਰ ਤੁਸੀਂ ਉੱਥੇ ਮਾਹੌਲ ਦੇ ਵਿੱਚ ਫਾਇਰਿੰਗ ਕਰੋਗੇ ਜੱਟ ਉੱਥੇ ਫਾਇਰ ਕਰਦਾ ਜਿੱਤੇ ਪਾਬੰਦੀ ਹਥਿਆਰ ਦੀ ਜਫਰ ਨਾਮ ਇਹ ਹੁਜਕ ਜਫਰ ਨਾਮ ਲਿਖਿਆ ਔਰੰਗਜ਼ੇਬ ਨੂੰ ਜਿਸ ਨੂੰ ਪੜ ਕੇ ਮੌਤ ਹੋਏ ਹਫਤੇ ਦੇ ਵਿੱਚ ਆਹ ਸੁਧ ਕੇ ਚੁੰਗ ਬੇਚੁੰਗ ਪੇਚ ਦੇ ਚਾਰ ਪੇਚ ਦੇ ਮਾਰ ਹਮੋ ਮਰਦ ਬਾਇਤ ਸ਼ਬਦ ਸ਼ਕਨੋ ਵਰਨ ਨਾਸਿਕ ਮੇ ਦਿਗਰ ਦਰਦ ਆਨੇ ਤੇ ਕਰ ਲੋਕ ਕਹਿੰਦੇ ਨੇ ਕਿ ਸਾਡਾ ਕੰਮ ਸੀਗਾ ਤੁਸੀਂ ਕਰਦੇ ਪਏ ਹੋ ਸਾਡੀ ਮਾਂ ਬੋਲੀ ਨੂੰ ਤੁਸੀਂ ਸਰ ਤੇ ਰੱਖ ਕੇ ਕੁੰਮਦਾ ਹੈ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ ਮਿੱਡੀਆਂ ਖਿਲਾਰੇ ਫਿਰੇ ਬੁੱਲੇ ਦੀ ਇੱਕ ਕਾਫੀਏ ਕਿੰਨੇ ਤੇਰਾ ਖੋਲਿਆ ਸ਼ਿੰਗਾਰਨੀ ਦੋਸਤੋ ਮੈਂ ਤੁਹਾਡਾ ਦੋਸਤ ਰਜਿੰਦਰ ਸਿੰਘ ਸੁਬਰਾ ਜਿਵੇਂ ਅਸੀਂ ਵਕ ਵਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਅੱਜ ਅਸੀਂ ਤੁਹਾਨੂੰ ਐਸੀ ਸ਼ਖਸੀਅਤ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਾਸਤੇ ਆਪਣਾ ਅਹਿਮ ਯੋਗਦਾਨ ਪਾਇਆ ਹੈ ਪੰਜਾਬੀ ਭਾਸ਼ਾ ਦਾ ਜੇਠਾ ਪੁੱਤਰ ਬਣ ਕੇ ਔਰ ਪੰਜਾਬੀ ਭਾਸ਼ਾ ਵਾਸਤੇ ਲੜ ਰਹੇ ਹਨ ਜਿੱਥੇ ਉਹ ਭਾਸ਼ਾ ਵਾਸਤੇ ਵੱਡੇ ਯਤਨ ਕਰਕੇ ਲੋਕਾਂ ਸਾਹਮਣੇ ਆ ਰਹੇ ਹਨ ਉੱਥੇ ਹੀ ਜਿਹੜੇ ਅੱਜ ਗਾਇਕ ਲਚਰਤਾ ਔਰ ਆਪਣੇ ਗੀਤਾਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹਨ ਉਹਨਾਂ ਦਾ ਵੀ ਵੱਡੇ ਪੱਧਰ ਉੱਪਰ ਵਿਰੋਧ ਕਰ ਰਹੇ ਹਨ ਮੇਰੇ ਕਹਿਣ ਤੋਂ ਭਾਵ ਕਿ ਪੰਡਤ ਰਾਓ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪੰਡਤ ਰਾਓ ਜੀ ਦੇ ਨਾਲ ਗੱਲ ਕਰਾਂਗੇ ਜਿਹੜੇ ਪੰਜਾਬੀ ਭਾਸ਼ਾ ਵਾਸਤੇ ਬੜੇ ਚੰਗੇ ਉਪਰਾਲੇ ਕਰ ਰਹੇ ਹਨ ਪੰਡਿਤ ਰਾਉ ਜੀ ਸਭ ਤੋਂ ਪਹਿਲਾਂ ਸੁਰਖਾਪ ਟੀਵੀ ਵੱਲੋਂ ਤੁਹਾਨੂੰ ਜੀ ਆਇਆਂਖਦਿਆਂ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ ਪੰਡਿਤ ਜੀ ਤੁਹਾਡੀ ਜ਼ਿੰਦਗੀ ਦਾ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ ਤੁਸੀਂ ਪੰਜਾਬੀ ਭਾਸ਼ਾ ਤੇ ਲਗਾਤਾਰ ਕੰਮ ਕਰਦੇ ਹੋ ਕਿਵੇਂ ਪੰਜਾਬੀ ਦੇ ਨਾਲ ਲਗਾਓ ਬੰਦਾ ਹੈ ਤੁਹਾਡਾ ਜੀ ਅਸਲ ਵਿੱਚ 2003 ਦੇ ਵਿੱਚ ਦਿੱਲੀ ਤੋਂ ਮਤਲਬ ਲੋਕ ਕੇਂਦਰ ਲੋਕ ਸੇਵਾ ਆਯੋਗ ਤੋਂ ਬਤੌਰ ਸਹਾਇਕ ਪ੍ਰੋਫੈਸਰੋ ਜੋ ਨਿਯੁਕਤ ਹੋ ਕੇ ਸਰਕਾਰੀ ਕਾਲਜ ਚੰਡੀਗੜ੍ਹ ਦੇ ਵਿੱਚ ਮੈਂ ਜੁਆਇਨ ਕੀਤਾ jobb 2003 ਦੇ ਵਿੱਚ 2005 ਤੱਕ ਮੈਂ ਸਮਾਜ ਸ਼ਾਸਤਰ ਅੰਗਰੇਜ਼ੀ ਵਿੱਚ ਹੀ ਪੜ੍ਹਾਉਂਦਾ ਰਿਹਾ ਸਮਾਜ ਸ਼ਾਸਤਰ ਸੋਸ਼ੀਓਲੋਜੀ ਬੱਚੇ ਨੂੰ ਮੈਨੂੰ ਇੰਜ ਲੱਗੇ ਇੱਕ ਦਿਨ 2005 ਦੇ ਵਿੱਚ 2 ਸਾਲ ਤੋਂ ਬਾਅਦ ਸਾਡੇ ਕਲਾਸ ਦੇ ਵਿੱਚ ਬੱਚੇ 80% ਵੱਧ ਬੱਚੇ ਪੰਜਾਬੀ ਮਾਂ ਬੋਲੀ ਤੋਂ ਸੰਬੰਧਿਤ ਸਨ ਪੰਜਾਬ ਤੋਂ ਆਉਂਦੇ ਸਨ ਪਰ ਮੈਂ ਅੰਗਰੇਜ਼ੀ ਵਿੱਚ ਪੜਾਉਂਦੇ ਰਿਹਾ ਮੈਨੂੰ ਅੰਜ ਲੈ ਕੇ ਇਹ ਗਲਤ ਮੈਨੂੰ ਪੰਜਾਬੀ ਗੁਰਮੁਖੀ ਸਿੱਖ ਕੇ ਪੰਜਾਬੀ ਵਿੱਚ ਪੜਾਉਂਦੀ ਲੋੜ ਹੈ ਬੱਚੇ ਨੂੰ ਇਸ ਲਈ ਮੈਂ ਪੈਂਤੀ ਸਿੱਖੀ ਤਾਂ ਕਿ ਬੱਚੇ ਨੂੰ ਮੈਂ ਪੰਜਾਬੀ ਵਿੱਚ ਸਿਖਾ ਸਕਾਂ ਸੋਸ਼ੀਓਲੋਜੀ ਇਸ ਪੈਂਤੀ ਦੀ ਇੰਨੀ ਤਾਕਤ ਇੰਨੀ ਪ੍ਰਭਾਵ ਮੇਰੇ ਤੇ ਹੋਇਆ ਪੈਂਤੀ ਸਿੱਖਣ ਤੋਂ ਬਾਅਦ ਨਾ ਸਿਰਫ ਬੱਚੇ ਨੂੰ ਪੜਾਇਆ ਮੈਂ ਸ਼ੁਰੂਆਤ ਕਰਤਾ ਉਸ ਤੋਂ ਬਾਅਦ ਮੇਰੀ ਮਾਂ ਬੋਲੀ ਕੰਨੜ ਦੇ ਵਿੱਚ ਮੈਨੇ ਸ੍ਰੀ ਜਪਜੀ ਸਾਹਿਬ ਨੂੰ ਅਨਵਾਦ ਹੋਇਆ ਸ੍ਰੀ ਸੁਕੁਣੀ ਸਾਹਿਬ ਆਸ਼ਾਦੀ ਵਰ ਕੰਨੜ ਪਾਸ਼ਾ ਵਿੱਚ ਉਹ ਅਨਵਾਦ ਹੋਇਆ ਇਹ 35 ਦੀ ਮਹਿਰ 35 ਅੱਖਰ ਦੀ ਸ਼ਕਤੀਸ਼ਾਲੀ ਪ੍ਰਭਾਵ ਮੇਰੇ ਤੇ ਹੋਇਆ ਉਸ ਤੋਂ ਬਾਅਦ ਬਸ ਮੈਂ 35 ਦੀ دیਵਾਨਾ ਹੋਇਆ ਜੀ ਕਈ ਵਾਰ ਤੁਹਾਨੂੰ ਐਸਾ ਵੀ ਮਿਲਦਾ ਹੋਵੇਗਾ ਕਿ ਜਿਹੜੇ ਪੰਜਾਬੀ ਬੱਚੇ ਆ ਉਹ ਪੰਜਾਬੀ ਪੜ੍ਹ ਕੇ ਖੁਸ਼ ਨਹੀਂ ਆ ਜਿਆਦਾ ਤਰਜੀਹ ਹਿੰਦੀ ਜਾਂ ਅੰਗਰੇਜ਼ੀ ਨੂੰ ਦਿੰਦੇ ਆ ਬਹੁਤ ਸਾਰੇ ਬਹੁਤ ਸਾਰੇ ਮਿਲਦੇ ਨੇ ਪਰ ਉਹਨਾਂ ਨੂੰ ਬਹੁਤ ਹੀ ਪਿਆਰ ਨਾਲ ਮੈਂ ਸਮਝਾਉਂਦਾ ਹੈ ਜਿੱਥੇ ਵੀ ਰੋਟੀ ਅਸੀਂ ਖਾਦੇ ਹੈ ਜਿੱਥੇ ਜਿੱਥੇ ਦੇ ਅਸੀਂ ਪਾਣੀ ਪੀਂਦੇ ਉੱਥੇ ਦੀ ਪਾਸ਼ਾ ਤੇ ਲੋਕਾਂ ਨੂੰ ਸੱਭਿਆਚਾਰ ਨੂੰ ਸਨਮਾਨ ਕਰੋ ਇਹੀ ਇਨਸਾਨੀਅਤ ਹੈ ਸਰ ਇਹ ਮੈਂ ਉਹਨਾਂ ਨੂੰ ਸਿਖਾਉਂਦਾ ਹੈ ਜੇਕਰ ਅਸੀਂ ਪੰਜਾਬ ਦੇ ਉੱਤੇ ਵਸਦੇ ਹੈ ਪੰਜਾਬ ਦੀ ਰੋਟੀ ਖਾਦੇ ਹੈ ਪੰਜਾਬ ਦੀ ਪਾਣੀ ਪੀਂਦੇ ਤੇ ਪੰਜਾਬੀ ਪਾਸ਼ਾ ਸਿੱਖਣਾ ਸਾਡੀ ਤਰਮਾ ਹੈ ਇਸ ਲਈ ਮੈਂ ਪੰਜਾਬੀ ਦੀ ਕੰਮ ਕਰਦਾ ਹੈ ਪੈਂਤੀ ਨੂੰ ਸਰ ਤੇ ਰੱਖ ਕੇ ਕੁੰਦਾ ਹੈ یہی ਇਨਸਾਨੀਅਤ ਹੈ ਮੈਂ ਬੱਚ ਨੂੰ ਸਮਝਾਉਂਦੀ ਕਿ ਪੰਜਾਬੀ ਸਿੱਖੋ ਜੀ ਪੰਜਾਬੀ ਭਾਸ਼ਾ ਦੀ ਤੁਹਾਨੂੰ ਇਹ ਮਿਆਰਤ ਬਾਰੇ ਕਿਵੇਂ ਲੱਗਦਾ ਹੈ ਬਹੁਤ ਦਿਆ ਪੰਜਾਬੀ ਭਾਸ਼ਾ ਨਾ ਸਿਰਫ ਇੱਕ ਭਾਸ਼ਾ ਹੈ ਇਹ ਰੂਹਾਨੀਤਪਰੀ ਭਾਸ਼ਾ ਹੈ ਜੋ ਸਿੱਧੀ ਤੌਰ ਤੇ ਇੱਕ ਪਰਮਾਤਮਾ ਦੇ ਨਾਲ ਜੋੜਦਾ ਹੈ ਕਿਉਂ ਮੈਂ ਕਹਿੰਦਾ ਤੁਹਾਨੂੰ 12ਵੀਂ ਸਦੀ ਦੇ ਵਿੱਚ ਜਿੰਨੇ ਵੀ ਲਿਟਰੇਚਰ ਹੋਇਆ ਹੈ ਪੰਜਾਬੀ ਸਾਹਿਤ ਦਾ ਖਾਸ ਤੌਰ ਤੇ ਆ ਬਾਬਾ ਫਰੀਦ ਤੋਂ ਲੈ ਕੇ ਸਾਰੇ ਗੁਰਮੁਖੀ ਕਮਾਲ ਦੇ ਨੇ 15ਵੀਂ ਸਦੀ ਦੇ ਵਿੱਚ ਕ੍ਰਾਂਤੀਕਾਰੀ ਤੁਹਾਨੂੰ ਦਿਖਾਈ ਦੇਖਣ ਨੂੰ ਮਿਲਦਾ ਹੈ ਕਿ ਗੁਰਮੁਖੀ ਪੰਜਾਬੀ ਗੁਰਮੁਖੀ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਆਧੁਨਿਕ ਕਾਲ ਦੇ ਵਿੱਚ ਲਿਖਣ ਵਾਲੇ ਤਾਂ ਲੋਕ ਬਹੁਤ ਨੇ ਕਹਿੰਦਾ ਪਾਵਾ ਹੈ ਇਹ ਪਾਸ਼ਾ ਕਮਾਲ ਦਾ ਪਾਸ਼ਾ ਹੈ ਇਸ ਨੂੰ ਸਨਮਾਨ ਕਰਨ ਦੀ ਲੋੜ ਹੈ ਅਪਣਾਉਣ ਦੀ ਲੋੜ ਹੈ ਜਿੰਦਗੀ ਭਰ ਦੇ ਵਿੱਚ ਅਪਣਾਉਣ ਦੀ ਲੋੜ ਹੈ ਹਰ ਰੋਜ਼ ਪੰਜਾਬੀ ਵਿੱਚ ਬੋਲੋ ਪੰਜਾਬੀ ਵਿੱਚ ਲਿਖੋ ਬੱਚਿਆਂ ਨੂੰ ਪੰਜਾਬੀ ਪੜਾਓ ਕਰਦੇ ਸਾਹਮਣੇ ਪੰਜਾਬੀ ਵਿੱਚ ਬੋਰਡ ਲਿਖਾਓ ਕਰਦੇ ਵਿੱਚ ਪੰਜਾਬੀ ਕਿਤਾਬ ਖਰੀਦ ਕੇ ਪੜੋ ਅਖਬਾਰ ਪੜੋ ਪੰਜਾਬੀ ਟੀਵੀ ਚੈਨਲ ਦੇਖੋ ਇਹ ਸਾਰੇ ਦੇ ਕਰੋਗੇ ਮੈਨੂੰ ਲੱਗਦਾ ਇਹ ਪਾਸ਼ਾ ਦੀ ਪ੍ਰਫੁੱਲਤ ਹੋਏਗੀ ਤੇ ਕੁਝ ਇਸ ਤਰ੍ਹਾਂ ਦੇ ਸਿੰਗਰ ਵੀ ਨੇ ਜਿਹੜੇ ਪੰਜਾਬੀ ਭਾਸ਼ਾ ਦਾ ਖਾਂਦੇ ਤੇ ਜ਼ਰੂਰ ਨੇ ਪਰ ਉਹ ਕਹਿੰਦੇ ਨੇ ਕਿ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸਲ ਭਾਸ਼ਾ ਨਹੀਂ ਅਸਲ ਹਿੰਦੀ ਹੈ ਇਹ ਦੇਖੋ ਇਹ ਜਿੰਨੇ ਵੀ ਗਾਇਕ ਨੇ ਪੰਜਾਬ ਦੇ ਵਿੱਚ ਸਾਰੇ ਨੂੰ ਮੇਰੇ ਸਾਹਮਣੇ ਲੈ ਕੇ ਆਓ ਕੋਈ ਵੀ ਪੜ੍ਹੇ ਲਿਖੇ ਜ਼ਿਆਦਾ ਨਹੀਂ ਪੜ੍ਹੇ ਲਿਖੇ ਜ਼ਿਆਦਾ ਇਨ ਦਾ ਸੈਂਸ 뮤직 뮤직 ਫੀਲਡ ਦੇ ਵਿੱਚ म्यूजिक माहिरपन नहीं हासिल किए ने एक दो तीन चार छाड़ के जिमें सरता साहब ने म्यूजिक पी एच डी कि बाकी जिन्ने भी बहुत सारे गायक ने जो गाँव गाँवते वो कोई घर तो पास नहीं हुए ने कोई म्यूजिक कोर्स नहीं ने किए ने, कोई एमए म्यूजिक को पढ़ाई नहीं ने, ने। इसलिए उन्होंने पता नहीं है इस भाषा की रस इस भाषा की राग इस भाषा की सुंदरता गुरु ग्रंथ साहब के इन्ने सारे राग ने गुरु ग्रंथ साहब के सारे राग रस नरतों करके जेकर ये गाँव के इन्हों ना सिर्फ पद्म भूषण भारत रत्न मिलेगी इन्होंने नोबेल पुरस्कार भी बड़े व्डे प प्राइज मिल सकते हैं पर मैं दसो एक गायक के नाम जिन्होंने गुरु ग्रंथ साहब के रस राग में वरतों करके गाए हो इसलिए मैं सवाल उठता है तुम पहले पंजा पंजाबी गाँव गाओ विरासत की गल करो ਬਾਬਾ ਨਾਨਕ ਦੀ ਬਾਣੀ ਕਾਓ ਬੰਦਾ ਸਿੰਘ ਬਹਾਦਰ ਦੀ ਵਾਰਾ ਸੁਣਾਓ ਤਦ ਮੈਂ ਮੰਨਾਂਗਾ ਮਨਦਾਇ ਗੱਲ ਪਰ ਇੰਨਾ ਲੋਕਾਂ ਨੇ ਫੋਕਰੀ ਪੰਥ ਦੇ ਜਾਲ ਵਿੱਚ ਫਸ ਕੇ ਪੰਜਾਬੀ ਭਾਸ਼ਾ ਨੂੰ ਬੇਕਦਰ ਕਰਕੇ ਬੇਇੱਜ਼ਤੀ ਕਰਕੇ ਦੂਜੇ ਪਾਸੇ ਹਿੰਦੀ ਨੂੰ ਬढ़ावा ਦੇਣ ਲਈ ਕੋਸ਼ਿਸ਼ ਕਰਦੇ ਨੇ ਜੋ ਸ਼ਾਸਤਰੀ ਨਹੀਂ ਹੈ ਬਹੁਤ ਹੀ ਖਤਰਨਾਕ ਘਾਤਕ ਹੋ ਸਕਦੇ ਨੇ ਹੈ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੱਲੋਂ ਵੀ ਇਹ ਪੰਜਾਬੀ ਰਾਸ਼ਪਾਜਾ ਪੰਜਾਬੀ ਰਾਸ਼ਪਾਸ਼ਾ ਐਕਟ ਜਾਰੀ ਕੀਤੇ ਜਾਂਦੇ ਪਰ ਉਹ ਲਾਗੂ ਨਹੀਂ ਕਰਵਾਈ ਜਾਂਦੀ ਪੰਜਾਬੀ ਨਹੀਂ ਪੰਜਾਬ ਦੇ ਵਿੱਚ ਬਹੁਤ ਸੁੰਦਰ ਐਕਟ ਹੈਗਾ ਉਹ ਪਦਿਆਟੰਗ ਨਾਲ ਜੇਕਰ ਤੁਸੀਂ ਲਾਗੂ ਕਰੋਗੇ ਪੰਜਾਬੀ ਭਾਸ਼ਾ ਦਾ ਪ੍ਰਭਾਵਿਤ ਹੋਣਾ لازਮੀ ਹੈ ਪਰ ਪਰ ਧੁਖਦੀ ਗੱਲ ਹੈ ਕਿ ਜਿੰਨੇ ਵੀ ਆਫੀਸਰਸ ਬਾਹਰ ਤੋਂ ਆਉਂਦੇ ਨੇ ਆਈਐਸ ਆਫੀਸਰਸ ਜੋ ਇੰਪਲੀਮੈਂਟ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਖੁਦ ਪੰਜਾਬੀ ਨਹੀਂ ਆਉਂਦੀ ਉਹ ਕਿਵੇਂ ਲਾਗੂ ਕਰਾਉਣਗੇ ਜਿਵੇਂ ਬਹੁਤ ਸਾਰੇ ਅਧਿਕਾਰੀ ਬੈਠੇ ਨੇ ਮੰਤਰੀ ਲੋਕ ਜੋ ਜਿਨ੍ਹਾਂ ਦਾ ਫਰਜ਼ ਹੈ ਉਹਨੂੰ ਲਾਗੂ ਕਰਾਉਣ ਦਾ ਭਾਸ਼ਾ ਵਿਭਾਗ ਦੇ ਵਿੱਚ ਉਹ ਰੁਚੀ ਨਹੀਂ ਲੈਂਦੇ ਨੇ ਕਹਿੰਦਾ ਪਾਵੇ ਭਾਸ਼ਾ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਨੁਕਸ ਜ਼ਰੂਰ ਹੈ ਪਰ ਅੱਜਕਲ ਲੋਕ ਜਾਗ ਰਹੇ ਨੇ لا کاسا دان ਵਰਗੇ ਲੋਕ ਜਾਗ ਰਹੇ ਨੇ ਪੰਜਾਬੀ ਨੌਜਵਾਨ ਇਸ ਲਈ ਸਰਕਾਰ ਮਜਬੂਰ ਹੋ ਕੇ ਮਤਾ ਪਾਸ ਕਰ ਕਰਤਾ 2008 ਦੇ ਵਿੱਚ ਮੈਨੂੰ ਲੱਗਦਾ ਹੈ ਬਾਦਲ ਸ਼ਬਜ ਜੀ ਸੀਐਮਸੀ ਸੀਗਾ ਤੇ ਸੀਗੇ ਤੇ ਉਸ ਤੋਂ ਇਲਾਵਾ ਪਿਛਲੇ 4 ਮਹੀਨੇ ਤੋਂ ਪਹਿਲੇ ਚਰਨ ਸਿੰਘ ਚੰਨੀ ਸਾਹਿਬ ਨੇ ਇੱਕ ਮਤਾ ਪਾਸ ਕਰਤਾ ਕਿ ਪੰਜਾਬੀ ਪਾਸ਼ਾ ਲਾਜ਼ਮੀ ਤੌਰ ਤੇ ਹਰਤਾ ਤੇ ਲਾਜ਼ਮੀ ਹੋਵੇ ਕਹਿੰਦਾ ਪਾਉ ਹੈ ਕਿ ਐਕਟ ਸਿਰਫ ਐਕਟ ਹੋਣ ਦੇ ਨਾਲ ਕੁਝ ਨਹੀਂ ਹੋ ਸਕਦਾ ਉਸਨੇ ਇੰਪਲੀਮੈਂਟ ਕਰਨ ਦੀ ਲੋੜ ਹੈ ਹਰ ਪੱਧਰ ਤੇ ਉਹ ਹੋਣਾ ਹੋਣਾ ਆ ਹੋਣਾ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਕੋਈ ਕ੍ਰਾਂਤੀਕਾਰੀ ਮਨਿਸਟਰ ਹੋਵੇ ਜੋ ਪਾਸ਼ਾ ਨੂੰ ਸੰਬੰਧਿਤ ਨੂੰ ਉਦਾਰ ਕਰਨ ਵਾਲੇ ਜੀ ਆਜਾ ਵਿਭਵਿਕ ਵਿੱਚ ਹੋ ਸਕਦਾ ਹੈ ਸੁਧਾਰ ਹੋਵੇ ਜਿਹੜੇ ਗਾਇਕ ਔਰ ਗੀਤਕਾਰ ਹੁੰਦੇ ਆ ਉਹ ਚੰਗੇ ਸਮਾਜ ਦੀ ਸਿਰਜਣਾ ਕਰਦੇ ਆ ਤੇ ਪਰ ਅੱਜ ਪੰਜਾਬੀ ਗੀਤਾਂ ਦੇ ਵਿੱਚ ਕੁਝ ਗੀਤਕਾਰਾਂ ਵੱਲੋਂ ਕੁਝ ਗਾਇਕਾਂ ਵੱਲੋਂ ਇਸ ਤਰ੍ਹਾਂ ਦੇ ਗੀਤ ਗਾਏ ਜਾਂਦੇ ਆ ਲਿਖੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਹਥਿਆਰਾਂ ਔਰ ਲਚਰਤਾ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਬਹੁਤ ਘਾਤਕ ਹੈ ਬਹੁਤ ਖਤਰਨਾਕ ਲੋਕ ਹੁੰਦੇ ਨੇ ਇਹ ਲੋਕ ਪਵਿੱਤਰ ਪੰਜਾਬੀ ਪਾਸ਼ਾ ਨੂੰ ਵਰਤੋ ਕਰਕੇ ਗਲਤ ਗਾਣਾ ਪੇਸ਼ ਕਰਨਾ ਗਲਤ ਪੇਸ਼ਕਾਰੀ ਕਰਨਾ ਪੰਜਾਬੀਅਤ ਦੀ ਗਲਤ ਪੇਸ਼ਕਾਰੀ ਕਰਨਾ ਪੰਜਾਬਣ ਔਰਤ ਦੀ ਗਲਤ ਪੇਸ਼ਕਾਰੀ ਕਰਨਾ ਜੱਟ ਸਮੁਦਾਇ ਦੀ ਬਹੁਤ ਖਤਰਨਾਕ ਚੀਜ਼ ਹੈ ਇਸ ਲਈ ਮੈਨੇ ਇਹਨਾਂ ਨੂੰ ਵਿਰੋਧ ਕਰਕੇ 2016 ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤੀ ਕੇਸ ਦਾ ਦਰਜ ਕੀਤੀ ਜਿਸ ਜਿਸ ਮੈਂ ਮੰਗ ਕੀਤੀ ਸੀ ਕਿ ਇਹ ਇਹ ਹੁਜਾ ਲੱਛਰ ਸਰਾਭੀ ਹਤਿਆਰੀ ਗਾਣਾ ਕਿਤੇ ਵੀ ਨਹੀਂ ਚੱਲਣਾ ਚਾਹੀਦਾ मान पंजाब हरियाणा हाईकोर्ट ने 2016 तो 2019 तक बीस सत्त दो हज़ार उन्नीस तक सुनवाई करते हुए बाईस सत्त दो हज़ार उन्नीस नैसला सुनाया सी पिछले साल इसी दिन ऐतिहासिक समय यह लिखा है कि कितने भी लच्चर शराबी हथियारी गाना नहीं चलने के रिकॉर्डिंग नहीं होगी लाइव शो ते नहीं गा सकते शादी के फायरिंग नहीं हो सकता मंदिर मस्जिद गुरुद्वारे लाउड स्पीकर नहीं हो सकते ये सारे इतिहास जो हुक्म उस मैं पंजाबी अनुवाद करता इस किताब इस किताब आज ही रिलीज़ होने वाली है ये पूरा मैं लिखा महाराज अनुवाद किया हिंदी वो सुंदर आ, एक हुक्म है पर मैं ये कहना चाहूँगा कि जेकर ये गायक लोग इस हुक्म पालन करेंगे कोई भी इतने गलत गल नहीं कर हिम्मत नहीं करेंगे जो गाँवे इनके खिलाफ़ एफ आर आर दर्ज होगी जिमें सिद्धू मोसौ के खिलाफ एफ आर आर दर्ज होया पिछले दिन क्यों क्योंकि उन्होंने दो हज़ार बई दो हज़ार उन्नी दई दी दो हज़ार उन्नी उल्लंघन करते हुए एक संजू गाना कटिया जिस बहुत ही आपतजनक शब्दावली और वरतों किए इसलिए क्राइम ब्रांच पंजाब पुलिस ने एफ आई आर दर्ज करता एक 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 उदाहरण है सिद्धू मोसला तो एफ आई आर मतलब सारे गायक होश होश आ जाना कोई भी हिम्मत नहीं करे लच्चर शराबी हथियारी गाने के ਜੇਕਰ ਗਾਉਣਗੇ ਮੈਂ ਕੰਪਲੇਨਟ ਕਰਾਂਗਾ ਐਫਆਰ ਦਰਜ ਹੋਗੀ ਮੈਂ ਨਹੀਂ ਛੱਡਣਾ ਕਿਉਂਕਿ ਇਸ ਪਾਛੇ ਦੀ ਗਲਤ ਵਰਤੋਂ ਕਰਨਾ ਮੈਂ ਨਹੀਂ ਹੋਣ ਦੇਣਾ ਇਸ ਭਾਸ਼ਾ ਦੇ ਵਿੱਚ ਗਾ ਕੇ ਪੰਜਾਬੀ ਔਰਤ ਦੀ ਬੇਇੱਜ਼ਤੀ ਮੈਂ ਨਹੀਂ ਹੁੰਦਣਾ ਇਸ ਪਾਛੇ ਦੀ ਵਰਤੋਂ ਕਰਕੇ ਜਿਹੜੇ ਲੋਕ ਗਾਣਾ गा ਕੇ ਜੱਟ ਸਮਾਜ ਦੀ ਗਲਤ ਪੇਸ਼ਕਾਰੀ ਕਰਕੇ ਬੇਇੱਜ਼ਤੀ कर देने एक जट समुदाय की मैं नहीं देना जट तो वो होंगे महाराज मिट्टी नाल मिट्टी हो के मिट्टी मिट्टी हो के मिट्टी हो के मिट्टी बहु बन जाते हैं मेहनत कर करके वो है वो सच्ची पेशकारी जट समुदाय की पर ये लोगों ने जट जटते परचा होया संजा दत्त पर यह की मतलब है जट समुदाय की सच्ची पेशकारी तुम कि गलत है योजा लोग सुज सुधरन की लड़ है जे नहीं सुधरन के एक एक करके जेल जाने के तुम देखोगे ਤੁਸੀਂ ਸਿੱਧੂ ਮੂਸੇਵਾਲੇ ਦਾ ਵਿਰੋਧ ਹੀ ਕਿਉਂ ਕਰਦੇ ਹੋ ਹੋਰ ਗਾਇਕਾਂ ਦਾ ਕਿਉਂ ਨਹੀਂ ਕਰਦੇ ਨਹੀਂ ਮਹਾਰਾਜ ਮੈਂ ਸਿੱਧੂ ਮੂਸੇਵਾਲੇ ਦੇ ਵਿਰੋਧ ਨਹੀਂ ਹਾਂ ਮੈਂ ਸਿੱਧੂ ਮੂਸੇਵਾਲੇ ਦੀ ਲਿਰਿਕਸ ਦੇ ਵਿਰੋਧ ਹਾਂ ਨਾ ਸਿਰਫ ਸਿੱਧੂ ਮੂਸੇਵਾਲਾ ਬਹੁਤ ਸਾਰੇ ਗਾਇਕ ਤੇ ਜਿਹੜੇ ਲਿਰਿਕਸ ਨੇ ਉਹਨਾਂ ਦੇ ਖਿਲਾਫ ਹਾਂ ਮੈਂ ਪਰ ਹਾਰਨੇਟ ਹੋਵੇ ਕਰਨਾਵਸਲਾ ਹੋਵੇ ਸ਼ਰੀਮਾਨ ਹੋਵੇ ਇਹਨਾਂ ਦੇ ਖਿਲਾਫ ਮਤਲਬ ਮੈਂ ਉਹਨਾਂ ਦੇ ਲਿਰਿਕਸ ਜਿਹੜੀ ਨੇ ਜੋ ਉਤਸ਼ਾਹਿਤ ਕਰ ਦੇਣੇ ਗਲਤ ਪੇਸ਼ਕਾਰ ਕਰ ਦੇਣੇ ਪੰਜਾਬੀਅਤ ਦੀ ਉਸ ਦੇ ਖਿਲਾਫ ਹਾਂ ਮੈਂ इसलिए मैं तुम्हें जिक्र कहोगे कि मैं सिद्धू मूसा के खिलाफ है ये नहीं मैं सरते बोर्ड रख के से पिंड गया मैं कल ही मैं जिथे सिद्धू मूसवला साहब जमया है उस वेड़े जा जाके मैं माँ के सामने सर झुक के मैं बेनती की थोड़े बच्चे समझा दो ਉਹ ਆਵਾਜ਼ ਬਹੁਤ ਕਮਾਲ ਦਾ ਸੁੰਦਰ ਆਵਾਜ਼ ਹੈ ਉਹ ਬਾਬਾ ਨਾਨਕ ਦੀ ਬਾਣੀ ਸੁਣਾਉਣ ਦਾ ਆਵਾਜ਼ ਹੈ ਪੰਜਾਬੀਤ ਤੇ ਲੋਕ ਗੀਤ ਗਾਉਣ ਦਾ ਆਵਾਜ਼ ਹੈ ਉਹ ਸੱਚਮੁੱਚ ਵਿੱਚ ਤੇ ਬੰਦਾ ਸਿੰਘ ਬਹਾਦਰ ਦੀ ਵਾਰ ਸੁਣਾਉਂਦੀ ਆਵਾਜ਼ ਹੈ ਬਚਪਨ ਵਿੱਚ ਉਹ ਬੰਦਾ ਸਿੰਘ ਬਹਾਦਰ ਦੀ ਵਾਰ ਸੁਣਾਉਂਦੇ ਸੀਗਾ ਪਰ ਵੱਡੇ ਹੋ ਕੇ ਤੁਸੀਂ ਜੱਟ ਉਸ ਪਿੰਡ ਬਲੋਂਗ ਕਰਦੇ ਸੀ ਤੇ ਮਾਰ ਕੇ ਕਸੂਰ ਪੁੱਛਦਾ ਹੈ گاਉਂਦਾ ਹੈ ਕਿਤੇ ਨਾ ਕਿਤੇ ਉਹ ਟਰੈਕਟਰ ਬਾਹਰ ਹੋਏ ਨੇ ਇਸ ਲਈ ਉਹਨਾਂ ਨੇ ਸਮਝਾ ਦਿਓ ਮਾਨੂੰ ਮੈਂ ਪੁੱਛਿਆ विनती की थी पर उसके तो बावजूद वो गा रहे ने मैं बिल्कुल किसी एक व्यक्ति के खिलाफ नहीं मैं तो सिर्फ पंजाब पंजा पंजाबी सभ्याचार पंजाबी भाषा का प्रफुलित कम कर रहा वो मरने दम तक कम करांगा मैं पहले भी किया जे मैं पंजाब की रोटी खादा है पंजाब की पानी पींदा है पंजाबीयत उत्सुक लिए कम करना मेरा तर है मेरे पिताजी स्कूल टीचर सन उन्होंने मैंने सिखाया जिथे मर्जी वस जाओ उसे भाषा लोगों को सम्मान करो ਮੇਰੇ ਪਿਤਾ ਜੀ ਇੱਕ ਉਦਾਹਰਣ ਵੀ ਦਿੰਦੇ ਸਨ ਕਿ ਜਿਕਰ ਇੱਕ ਕੁੱਤਾ ਇੱਕ ਰੋਟੀ ਖਾਦੇ ਕੋਈ ਕਿਸੇ ਕਰਦੀ ਉਸ ਕਰਦੀ ਪੂਰਾ ਰਾਤ ਵਰ ਰੱਖਿਆ ਕਰਕੇ ਮੁੜ ਕੇ ਆਂਦੀ ਹੈ ਕੁੱਤਾ ਜਿਕਰ ਕੁੱਤੇ ਦੇ ਵਿੱਚ ਨਹੀਂ ਇਮਾਨਦਾਰ ਹੋ ਸਕਦੀ ਮੈਂ ਤਾਂ ਇਨਸਾਨ ਆ ਮਹਾਰਾਜ ਰੋਜ਼ ਪੰਜਾਬੀ ਦੀ ਰੋਟੀ ਖਾਦਾ ਹੈ ਪਾਣੀ ਪੀਂਦਾ ਹੈ ਤੋ ਪੰਜਾਬੀ ਪਾਸ਼ਾ ਸਭਿਆਚਾਰ ਦਾ ਸੇਵਾ ਕਰਾਂਗਾ ਮੈਂ ਭਾਵੇਂ ਕੁਝ ਵੀ ਹੋਵੇ ਮੈਂ ਉਸ ਰੋਟੀ ਦੀ ਕਦਰ ਉਸ ਰੋਟੀ ਦੇ ਮੂਲ ਮੈਂ ਮੋੜ ਕੇ ਹੀ ਜਾਵਾਂਗਾ कहन का भाव है कि योजा किसी एक व्यक्ति के खिलाफ नहीं है मैनू तो एको एक दिसदा है मेरा बाबा नाना आखद ने कूड़ राजा कूड़ प्रजा कूड़ सब संसार इस दुनिया इस दुनिया सब कुछ असत्य महाराज विनाश कर विनाश हो जाना सब कुछ सत्य है सिर्फ एको एक परमात्मा है उस परमात्मा तक जोड़ता है पाशा पंजाबी में पहले भी कहा उस भाषा की बेजती गाने द्वारा करोगे मैं कहीं से किए बैठ सकता चुप मैं तो आवाज़ उठाऊंगा ਮੈਂ ਬੇਸਤੀ ਨਹੀਂ ਹੁੰਦਾ ਨਾ ਜਦ ਤੱਕ ਮੇਰਾ ਸਾਸ ਹੈ ਮੇਰਾ ਬਾਬਾ ਅੰ ਸ਼ਰੀਰ ਦੇ ਵਿੱਚ ਕਹਿਣ ਦਾ ਪਾਵ ਹੈ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਆ ਮੈਂ ਤਾਂ ਸਿਰਫ ਪਾਸ਼ਾ ਸਭਿਆਚਾਰ ਪੰਜਾਬੀ ਪਾਸ਼ਾ ਸਭਿਆਚਾਰ ਦਾ ਨਾਣਾ ਤੁਸੀਂ ਕਰਨਾਟਕਾ ਤੋਂ ਆ ਕੇ ਇਹਨਾਂ ਲਚਰਤਾ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਦਾ ਵਿਰੋਧ ਕਰ ਰਹੇ ਹੋ ਪਰ ਜਿਹੜੇ ਅੱਜ ਪੰਜਾਬੀ ਬਹੁਤਾਂ ਦੇ ਕਰਕੇ ਪਿੰਡਾਂ ਦੇ ਵਿੱਚੋਂ ਆਪਣੇ ਮੇਲਿਆਂ ਦੇ ਵਿੱਚ ਜਾਂ ਆਪਣੇ ਘਰਾਂ ਵਾਲੇ ਸਮਾਗਮਾਂ ਦੇ ਵਿੱਚ ਖੁਸ਼ੀ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਬੁਲਾਉਂਦੇ ਆ ਹਾਂ ਦੇਖੋ ਵਿਅਕਤੀਗਤ ਤੌਰ ਤੇ ਕੋਈ ਕਿਸੇ ਨੂੰ ਬੁਲਾ ਸਕਦੇ ਹੈ ਐਂਟਰਟੇਨਮੈਂਟ ਹੋ ਸਕਦਾ ਹੈ ਬੁਲਾਓ ਸੱਦੋ ਪਰ ਉੱਥੇ ਪੰਜਾਬੀਅਤ ਦੀ ਗਾਣਾ ਹੋਵੇ ਅਸਲੀ ਸੱਭਿਆਚਾਰ ਗਾਣਾ ਹੋਵੇ ਵੀਰ ਗਾਤਾ ਦੀ ਕਥਾ ਹੋਵੇ ਸੁਣਾਓ ਬੰਦਾ ਸਿੰਘ ਬਹਾਦਰ ਦੀ ਵਾਰਾ ਬੱਚੇ ਨੂੰ ਕੋਈ ਗੱਲ ਨਹੀਂ ਫਰਚੂਰੀ ਉਤੇ ਮਹੌਲ ਦੇ ਵਿੱਚ ਫਾਇਰਿੰਗ ਕਰੋਗੇ ਜਟ ਉੱਥੇ ਫਾਇਰ ਕਰਦਾ ਜਿੱਤੇ ਪਾਬੰਦੀ ਹਥਿਆਰ ਦੀ ਨਾ ਚੋਗ ਉਸ ਗਲਤ ਚੀਜ਼ ਤੇ ਕੋਈ ਭਾਵ ਖੋ ਕੇ ਉਤਸਾਹਿਤ ਹੋ ਕੇ ਗੋਲਵੀ ਚਲਾ ਸਕਦੇ ਚਲਾਏ ਨੇ ਲੋਕ ਬਹੁਤ ਸਾਰੇ ਮਰੇ ਨੇ ਕੁਲਵਿੰਦ ਕੌਰ ਦੀ ਮੌਤ ਹੋਈ ਉੱਥੇ ਬਟਿੰਡ ਦੇ ਨੇੜੇ ਮੌਰੀ ਮੰਡੀ ਦੇ ਵਿੱਚ ਉਸੇ ਆਧਾਰ ਤੇ ਮੈਨੇ ਕੇਸ ਕਾਇਪਾਇਆ ਸੀ ਹਾਈ ਕੋਰਟ ਦੇ ਵਿੱਚ ਕਹਿਣ ਦਾ ਪਾਬਾ ਤੁਸੀਂ ਚੰਗੇ ਗਾਣਾ ਕਰੋ ਚੰਗੇ ਪੇਸ਼ਕਾਰੀ ਕਰੋ ਜਿੱਥੇ ਮਰਜੀ ਤੁਸੀਂ ਅਖਾੜਾ ਲਗਾਓ ਕੋਈ ਗੱਲ ਨਹੀਂ ਕੋਈ ਕੋਈ ਪਰਸਨਲ ਪ੍ਰੋਗਰਾਮ ਕਰਾਓ ਕੋਈ ਨਹੀਂ ਰੋਕ ਸਕਦਾ ਪਰ ਤੁਸੀਂ ਗੈਰ ਕਾਨੂੰਨੀ ਗਾਣਾ ਗਾਓਗੇ ਔਰਤ ਦੀ ਬੇਇੱਜ਼ਤੀ ਕਰੋਗੇ ਚਰ ਸਮਾਜ ਦੀ ਬੇਇੱਜ਼ਤੀ ਕਰੋਗੇ ਵਿਰੋਧ ਹੋਏਗੀ ਕਿਹੜੇ ਗਾਇਕ ਸਮੇਂ ਚੰਗੇ ਗੀਤ ਗਾ ਰਹੇ ਬਹੁਤ ਸਾਰੇ ਨੇ ਸਰਤਾ ਸਾਹਿਬ ਨੇ ਸਨਮਾਨ ਕਰਦੇ ਐ ਸਾਰੇ ਸਾਰੇ ਲੋਕ ਸਨਮਾਨ ਕਰਦੇ ਨੇ ਬਹੁਤ ਹੀ ਬਿੰਤੀ ਨਾਲ ਲੋਕ ਉਹਨਾਂ ਨੂੰ ਸੱਦਾ ਦਿੰਦੇ ਨੇ ਉਹ ਗਾਉਂਦੇ ਨੇ ਚੰਗੇ ਗਾਣੇ ਰਣਜੀਤ ਪਾਵੇ ਨੇ ਇੱਕ ਗੀਤ ਗਾਇਆ ਸੀ ਜਿਹਦਾ ਜਿਹਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ देखो रंजीत बावा साहब ने उजड़ी पेशकारी करण ਲਈ ਜਿਹੜੀ ਕੋਸ਼ਿਸ਼ ਕੀਤੀ ਨੇ ਜਿਹੜੀ ਸ਼ਬਦਾਵਲੀ ਹੈ ਉਹ ਸਮਾਜ ਦੀ ਇੱਕ ਅਸਲ ਪੇਸ਼ਕਾਰੀ ਹੈ ਪਰ ਉਹਨਾਂ ਉਸ ਉਸ ਸ਼ਬਦਾਵਲੀ ਨੂੰ ਕਿਸੇ ਨੇ ਆਪਣੀ ਮਰਮ ਤੇ ਨਾਲ ਜੁੜ ਕੇ ਦੇਖੇ ਨਹੀਂ ਕਹਿੰਦਾ ਪਾਵਾ ਹੈ ਰंजीत बावा ਬਹੁਤ سارے ਸਭਿਆਚਾਰ ਗਾਣਾ ਵੀ ਗਾ ਚੁੱਕੇ ਨੇ ਚੰਗੇ ਗਾਣਾ ਵੀ ਕਾਏ ਨੇ ਅੱਜ ਇਹ ਨੌਜਵਾਨ ਗਾਇਕ ਨੂੰ ਸਨਮਾਨ ਕਰਨ ਦੇ ਲੋੜੇ ਉਤਸ਼ਾਹਿਤ ਕਰਨ ਦੇ ਲੋੜੇ ਜੇਕਰ ਕੋਈ ਗਲਤੀ ਹੋਇਆ ਹੈ ਕਿਸੇ ਦੇ ਮਨ ਨੂੰ ਚੋਟ ਪਹੁੰਚਾ ਹੈ ਉਹਨਾਂ ਨੇ ਤੁਰੰਤ ਮਾਫੀ ਮੰਗ ਚੁੱਕਿਆ ਅੜਿਆ ਨਹੀਂ ਉਹ ਸੁਜਵਾਨ ਦੀ ਸੰਕੇਤ ਹੈ ਉਹ ਲੱਛਣ ਹੈ ਤੁਰੰਤ ਮਾਫੀ ਮੰਗ ਚੁੱਕਿਆ ਪਰ ਸਿੱਧੂ ਮੂਸੇਵਾਲੇ 19 ਸਾਰੇ ਗਲਤ ਕੰਨਾ ਗਾਉਂ ਤੋਂ ਬਾਵਜੂਦ ਵੀ ਤੁਸੀਂ ਅੜ ਜਾਓਗੇ ਤਾਂ ਕੋਰਟ ਪੁਲਿਸ ਕਾਰਵਾਈ ਕਰਦਾ ਪਿਆ ਤੁਹਾਡੇ ਵੱਲੋਂ ਬੋਰਡ ਲੈ ਕੇ ਪੰਜਾਬੀ ਗਾਇਕਾਂ ਦਾ ਵਿਰੋਧ ਕੀਤਾ ਜਾਂਦਾ ਹੈ ਸੜਕਾਂ ਦੇ ਉੱਪਰ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਜਾ ਜਾ ਕੇ ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੱਲਿਆਂ ਦੇ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਬਦਲਾ ਆਵੇਗਾ ਕੱਲੇ ਨਹੀਂ ਕਹੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਤਿਹਾਸ ਪੜ੍ਹ ਕੇ ਦੇਖੋ ਤੁਸੀਂ ਮੈਂ ਮੈਂ ਬਹੁਤ ਪ੍ਰਭਾਵਿਤ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਇਤਿਹਾਸ ਨੂੰ ਪੜ੍ਹ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਕੱਲੇ ਨਹੀਂ ਹੋ ਸਕਦਾ ਮਹਾਰਾਜ ਗੁਰੂ ਮਹਾਰਾਜ ਖੁਦ ਕਹਿੰਦੇ ਨੇ ਸੱਚੇ ਰਾਹ ਤੇ ਜੱਲਨ ਵਾਲਾ ਕੱਲੇ ਨਹੀਂ ਹੋ ਸਕਦੇ ਉਹ ਤਾਂ ਸਵਾਂ ਲਾਗਦੀ ਸ਼ਕਤੀ ਉਹਨਾਂ ਕੋਲ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਉਹਨਾਂ ਨੂੰ ਦੁਸ਼ਵਾਰੀਆਂ ਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਕੇ ਜਿੱਤੇ ਨੇ ਮੇਰੇ ਗੁਰੂ ਬਹੁਤ ਸਾਰੇ ਮੁਸਲਮਾਨ ਪੂਰਾ ਪਹਾੜ ਦੇ ਰਾਜਾ ਉਹਨਾਂ ਦੇ ਖਿਲਾਫ ਹੋਏ ਮੇਰੇ ਗੁਰੂ ਕੱਲੇ ਹੋਏ ਫਿਰ ਵੀ ਉਹ ਲੜ ਕੇ ਜਫਰ ਨਾਮ ਇਹੋ ਜਿਹਾ ਜਫਰ ਨਾਮ ਲਿਖਿਆ ਔਰੰਗਜ਼ੇਬ ਨੂੰ ਜਿਸ ਨੂੰ ਪੜ੍ਹ ਕੇ ਮੌਤ ਹੋਇਆ ਹਫ਼ਤੇ ਦੇ ਵਿੱਚ ਉਹਨਾਂ ਦੀ ਤੜਪ ਕੇ ਮੇਰੇ ਗੁਰੂ ਲਿਖਦੇ ਨੇ ਉਹਦੇ ਵਿੱਚ ਜਿਆ ਸੁਧ ਕੇ ਚੁੰਗ ਬੇਚੁੰਗ ਪੇਚ ਦੇ ਚਾਰ ਪੇਚ ਦੇ ਮਾਰ ਹਮੂ ਮਰਦ ਬਾਇਦ ਸ਼ਬਦ ਸ਼ਕਨੋਬਰ ਨਾਸਿਕ ਮੇ ਦਿਗਰ ਦਰਦ ਆਨੇ ਤੇ ਕਰ ਕਮਾਲ ਹੈ कमाले करामात कायम करीम रजा बक्स राजियान रहीम अमा बक्स बख्सिंदो ओ दस्तगीर ख़ता बख्श रोजी दियो दिल फजीर न साजो न बाजो न फौजो न फरस खुदावंद बख्सिंदे ऐसो अरस हमु बरद बाबद शुकन बर न सिखमे दिगर दर्द हानि दिगर चिहा सुद के चुंग बेचुंग पेच दे चार पेच दे मार देखो मेरे गुरु जी ने सच ते राह चल के तुसी राज चला औरंगजेब झूठ बोल के राज नहीं करा सकते हमला नहीं करंगा बोल के तुसी हमला करता झूठ झूठ के राज करोगे भुगतोगे वो औरंगजेब ने सत्यानाश सर्वनाश हो गया तक छिल गया गुरु कहें शुद्ध के चुंग बेचुंग पेच दे चार पेच दे मार। इस दाव है हे औरंगजेब पावे तीस मेरा चार बच्चे मारा होएगा पर मैं अहजिया सोच बनाया पंत बनाया खालसा पंत मार के दिखा ਲੋਕਾਂ ਲੋਕਾਂ ਵੱਲੋਂ ਕਿੰਨਾ ਕੁ ਸਾਥ ਦਿੱਤਾ ਜਾ ਰਿਹਾ ਤੁਹਾਨੂੰ ਬਹੁਤ ਸਾਰੇ ਬਹੁਤ ਸਾਰੇ ਪਿਆਰ ਕਰਦੇ ਨੇ ਮੈਨੂੰ ਬਹੁਤ ਸਾਰੇ ਇੱਕ ਇੰਨੀ ਪਿਆਰ ਮੈਂ ਕਿੱਥੇ ਵੀ ਨਹੀਂ ਦੇਖਿਆ ਮਹਾਰਾਜ ਜਿੱਥੇ ਮੈਂ ਖੜ ਜਾਂਦਾ ਹੈ ਲੋਕ ਗੱਲੇ ਲਖਾਉਂਦੇ ਨੇ ਲੋਕ ਕਹਿੰਦੇ ਨੇ ਕਿ ਸਾਡਾ ਕੰਮ ਸੀਗਾ ਤੁਸੀਂ ਕਰਦੇ ਪਏ ਹੋ ਸਾਡੀ ਮਾਂ ਬੋਲੀ ਨੂੰ ਤੁਸੀਂ ਸਰਤ ਰੱਖ ਕੇ ਕੁਮਦਾ ਹੈ ਸਾਰੇ ਪਿਆਰ ਕਰਦੇ ਨੇ ਉਹਨਾਂ ਲੋਕਾਂ ਦੇ ਅੱਖਾਂ ਵਿੱਚ ਹੰਝੂ ਮੈਂ ਦੇਖਿਆ ਮਹਾਰਾਜ ਬਹੁਤ ਬਾਹਕ ਹੋ ਜਾਂਦੇ ਨੇ ਉਹ ਬਹੁਤ ਸਤਿਕਾਰ ਕਰਦੇ ਨੇ ਮੈਨੂੰ ਸਾਰੇ ਪੈਰ ਕਰਦੇ ਨੇ ਸਾਰੇ ਸਾਰੇ ਗਾਇਕ ਦੀ ਜਿੰਨੇ ਵੀ ਫੈਨ ਨੇ ਉਹ ਵੀ ਮੈਨੂੰ ਕਰਦੇ ਨੇ ਕਿ ਤੁਸੀਂ ਬਦਿਆ ਕੰਮ ਕਰਦੇ ਹੋ ਕਰਦੇ ਪਿਓ ਕਰੋ ਛੜਨਾ ਨਹੀਂ ਇਹਨੂੰ ਮੈਨੂੰ ਇੱਕ ਕਰਨਾਟਕ ਤੋਂ ਫੋਨ ਆਇਆ ਮੇਰੇ ਮੇਰੇ ਦੋਸਤ ਕਹਿੰਦੇ ਨੇ ਕਿ ਤੁਸੀਂ ਜਿਹੜੇ ਪੰਜਾਬੀ ਅੱਖਰ ਰੱਖਿਆ ਨਾ ਸਰ ਤੇ ਉਸ ਨੂੰ ਥੱਲੇ ਨਹੀਂ ਰੱਖਣਾ ਹੈਗਾ ਮੈਂ ਪੁੱਛਿਆ ਕਿਉਂ ਉਹ ਇੱਕ ਕਮਾਲ ਹੈ कि 35 अखर कमाल है इसको थल्ले नहीं रखना का हमेशा सरते रखना है मैं वो उस मेरा दोस्त जी गल मान के सरते ही रख के घूमता है पर कुछ है। क्योंकि वो विरासत है मराज बड़ी विरासत है 35 अखर ये सिर्फ 35 अखर सिर्फ अखर है वो पर कन्नड़ अखर हो तमिल अखर हो उर्दू अखर हो मलयालम अखर हो मेरे में कन्नड़ अखर हो, कोई भी अखर, अखर दी महत्वता बहुत है क्योंकि अखर नाली ਸਭ ਕੁਝ ਹੈ ਇਸ ਲਈ ਮੈਂ ਬਹੁਤੀ ਨਿਮਰਤਾ ਨਾਲ ਦੱਸਣਾ ਚਾਹਾਂਗਾ ਕਿ ਸੱਚ ਤੇ ਰਾਹ ਤੇ ਚੱਲਣ ਵਾਲੇ ਕੱਲੇ ਨਹੀਂ ਹੋ ਸਕਦੇ ਉਹ ਸ਼ਕਤੀ ਉਹਨਾਂ ਕੋਲ ਹੁੰਦਾ ਹੈ ਇਹ ਹਨ ਕਰਨਾਟਕਾ ਤੋਂ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਆ ਕੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਔਰ ਜਿਹੜੇ ਗਾਇਕਾਂ ਵੱਲੋਂ ਲੱਚਰਤਾ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਕੇ ਗੀਤ ਗਾਏ ਜਾ ਰਹੇ ਹਨ ਉਹਨਾਂ ਦਾ ਵਿਰੋਧ ਕਰ ਰਹੇ ਹਨ ਪੰਡਿਤ ਰਾਓ ਜੀ ਮੈਂ ਤੁਹਾਡਾ ਦੋਸਤ ਰਜਿੰਦਰ ਸਿੰਘ ਸਭਰਾ ਧੰਨਵਾਦ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ